ਵਰਾਸਤ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰਾਂ ਅੱਜ ਦਾ ਦਿਨ ਇਤਿਹਾਸ ਵਿੱਚ ਸੋ ਦੋਸਤੋ ਅੱਜ ਹੈ 4 ਸਤੰਬਰ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 4 ਸਤੰਬਰ ਨਾਲ ਜੁੜੀਆਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਸਬੰਧ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ ਸੋ ਸਭ ਤੋਂ ਪਹਿਲਾਂ ਜ਼ਿਕਰ ਹੈ 4 ਸਤੰਬਰ 1922 ਵਾਲੇ ਦਿਨ ਸਰਦਾਰ ਭਗਤ ਸਿੰਘ ਤੇ 6 ਸਤੰਬਰ 1922 ਨੂੰ ਸਰਦਾਰ ਤਾਰਾ ਸਿੰਘ ਸ਼ਹੀਦ ਹੋ ਗਏ। 3 ਸਤੰਬਰ 1922 ਵਾਲੇ ਦਿਨ ਪਿੰਡ ਤੋਸ਼ੜਾ ਟੋਡਾ ਖੁਰਦ ਦੇ ਸਰਦਾਰ ਭਗਤ ਸਿੰਘ ਤੇ ਉਸਦੇ ਦੋ ਪੁੱਤਰਾਂ ਸਰਦਾਰ ਤਾਰਾ ਸਿੰਘ ਤੇ ਸਰਦਾਰ ਆ사 ਸਿੰਘ ਨੂੰ ਗੁਰੂ ਕਾ ਬਾਗ ਮੋਰਚੇ 'ਸਵੰਦੀ ਉਹਨਾਂ ਵੱਲੋਂ ਮੋਰਚੇ ਵਿੱਚ ਜਾਣ ਵਾਲੇ ਸ਼ਿਖਾਂ ਦੇ ਨਾਲ ਹਮਦਰਦੀ ਰੱਖਣ ਤੇ ਹਮਦਰਦੀਵਾਦੀ ਵਿਚਾਰਾਂ ਦੇ ਸ਼ੱਕ ਦੇ ਤਹਿਤ ਪੁਲਿਸ ਵੱਲੋਂ ਇਹਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ ਨਤੀਜੇ ਵਜੋਂ ਤਸਦੀ ਦੀ ਤਾਬ ਨਾ ਚਾਲਦਿਆਂ ਹੋਇਆਂ 4 ਸਤੰਬਰ 1922 ਨੂੰ ਸਰਦਾਰ ਭਗਤ ਸਿੰਘ ਤੇ 6 ਸਤੰਬਰ 1922 ਨੂੰ ਸਰਦਾਰ ਤਾਰਾ ਸਿੰਘ ਸ਼ਹੀਦ ਹੋ ਗਏ ਸ਼੍ਰੀ ਅੰਮ੍ਰਿਤਸਰ ਸਾਹਿਬ ਜੁਲੇ ਦੇ ਪਿੰਡ ਤੋਸ਼ੜਾ ਟੋਡਾ ਖੁਰਦ ਦੇ ਰਹਿਣ ਵਾਲੇ ਸਰਦਾਰ ਭਗਤ ਸਿੰਘ ਆਪਣੇ ਦੋ ਪੁੱਤਰਾਂ ਸਮੇਤ 1922 ਚ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਗੁਰੂ ਕੇ ਬਾਗ ਤੱਕ ਸ਼ਾਂਤਮਈ ਢੰਗ ਨਾਲ ਕੱਡੇ ਗਏ ਸਿੱਖ ਜਥੇ ਸ਼ਾਮਲ ਸਨ ਪਰ ਲਾਠੀ ਚਾਰਜ ਦੌਰਾਨ ਸ਼ਹੀਦ ਹੋ ਗਏ ਉਹ ਕਾਲੀ ਮੂਵਮੈਂਟ ਚ ਵੀ ਸ਼ਾਮਲ ਸਨ 4 ਸਤੰਬਰ 1926 ਵਾਲੇ ਦਿਨ ਹੀ ਗੁਰਦੁਆਰਾ ਐਕਟ ਦੇ ਮੁਤਾਬਕ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ ਟਾਊਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਹੋਈ ਸਾਲ 1925 ਵਿੱਚ ਸਿੱਖ ਗੁਰਦੁਆਰਾ ਐਕਟ ਪਾਸ ਹੋ ਗਿਆ ਤੇ ਗੁਰੀ ਸਰਕਾਰ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਅਕਾਲੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਇਸ ਸ਼ਰਤ ਤੇ ਕੀਤਾ ਗਿਆ ਕਿ ਅਕਾਲੀ ਗੁਰਦੁਆਰਾ ਐਕਟ ਦੇ ਮੁਤਾਬਕ ਕਮ ਕਾਰਨ ਭਾਵ ਇਸ ਨੂੰ ਮੰਨਣ ਦੇ ਲਈ ਲਿਖਤੀ ਰੂਪ ਵਿੱਚ ਇਸ ਗੱਲ ਦਾ ਵਿਸ਼ਵਾਸ ਦਿਵਾਉਣ ਸੋ ਜਿਨ੍ਹਾਂ ਸਿੱਖਾਂ ਜਾਂ ਅਕਾਲੀਆਂ ਨੇ ਲਿਖ ਕੇ ਗੋਰੀ ਸਰਕਾਰ ਨੂੰ ਭਰੋਸਾ ਦਿੱਤਾ ਉਹਨਾਂ ਨੂੰ ਤਾਂ 25 ਜਨਵਰੀ 1926 ਈਸਵੀ ਨੂੰ ਇਸ ਲਿਖਤੀ ਭਰੋਸੇ ਦੇ ਨਾਲ ਰਿਹਾ ਕਰ ਦਿੱਤਾ ਗਿਆ ਹਰ ਜਿਨ੍ਹਾਂ ਨੇ ਅਜਿਹਾ ਕਾਰਨ ਤੋਂ ਇਨਕਾਰ ਕੀਤਾ ਉਹ ਨਜ਼ਰਬੰਦ ਹੀ ਰਹੇ ਸੋ 26 ਜਨਵਰੀ 1926 ਵਾਲੇ ਦਿਨ ਸਰਦਾਰ ਬਹਾਦਰ ਮਹਿਤਾਬ ਸਿੰਘ ਗਿਆਨੀ ਸ਼ੇਰ ਸਿੰਘ ਤੇ ਉਹਨਾਂ ਦੇ ਨਾਲ ਦੇ 21 ਹੋਰ ਸਾਥੀਆਂ ਨੇ ਲਿਖਤੀ ਰੂਪ ਵਿੱਚ ਗੋਰੀ ਸਰਕਾਰ ਦੀ ਗੱਲ ਮੰਨ ਲਈ ਤੇ ਗੁਰਦੁਆਰਾ ਐਕਟ ਤੇ ਅਮਲ ਕਰਨ ਦੀ ਸ਼ਰਤ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਇੰਜ 9 ਜੁਲਾਈ 1925 ਵਾਲੇ ਦਿਨ ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਦੇ ਮੰਗਰੋਂ ਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਣੇ 20 ਇੱਕ ਆਗੂਆਂ ਦੇ ਹਕੂਮਤ ਦੀਆਂ ਸ਼ਰਤਾਂ ਮੰਨ ਕੇ ਰਿਹਾ ਹੋ ਜਾਣ ਨਾਲ ਇਹ ਮੁਕੱਦਮਾ ਕਮਜ਼ੋਰ ਹੋ ਗਿਆ ਤੇ ਅੰਗਰੇਜ਼ ਹਕੂਮਤ ਨੇ 27 ਸਤੰਬਰ 1926 ਨੂੰ ਸਰਦਾਰ ਰਾਏ ਸਿੰਘ ਸਰਦਾਰ ਸਰਮੁਖ ਸਿੰਘ ਤੇ ਬਾਕੀ ਸੇਖ ਆਗੂਆਂ ਨੂੰ ਵੀ ਰਹਾ ਕਰ ਦਿੱਤਾ ਇੰਜ ਸ਼ਰਤਾ ਮੰਨ ਕੇ ਆਏ ਇਨਾਂ ਅਕਾਲੀਆਂ ਜਾਂ ਸਿੱਖਾਗੂਆਂ ਨੂੰ ਲੇਦ ਕਰ ਆਏ ਤੱਕ ਦੇ ਤਾਨੇ ਸੋਨੇ ਪਏ। ਬੁੱਝ ਦੇ ਲੜਪੋਕ ਤੇ ਕਈ ਹੋਰ ਇਸ ਤਰ੍ਹਾਂ ਦੇ ਖਿਤਾਬਾਂ ਦੇ ਨਾਲ ਵੀ ਨਿਵਾਜਿਆ ਗਿਆ। ਇੰਜ ਇਸ ਬਿਨਾਂ ਤੇ ਅੰਗਰੇਜ਼ ਹਕੂਮਤ ਸਿੱਖਾ ਵਿਛਲੀ ਅਕਾਲੀ ਲੀਡਰਸ਼ਿਪ ਵਿੱਚ ਫੁੱਟਪੌਂਡ ਦੇ ਵਿੱਚ ਸਫਲ ਹੋ ਗਈ। ਅੱਗੇ ਜ਼ਿਕਰ ਹੈ 4 ਸਤੰਬਰ 1991 ਵਾਲੇ ਦਿਨ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਜੀ ਚੰਨਾ ਹੁਣਾਂ ਦੀ ਸ਼ਹਾਦਤ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇੰਨਾਂ ਯੋਧਿਆਂ ਨੂੰ ਪੰਜਾਬ ਦੇ ਪਾਣੀਆਂ ਦੇ ਰਾਖੇ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਪੰਜਾਬ ਤੇ ਹਿੰਦ ਸਰਕਾਰਾਂ ਪੰਜਾਬ ਦੀ ਧਰਤੀ ਤੇ ਪਾਣੀਆਂ ਤੇ ਡਾਕਾ ਮਾਰਨ ਦੇ ਲਈ ਸਤਲੁਜ ਜਮਨਾ ਲਿੰਕ ਨਹਿਰ ਦਾ ਨਿਰਮਾਣ ਕਰਨ ਜਾ ਰਹੀਆਂ ਸਨ ਜਿਸ ਦੀ ਮਾਰ ਹੀਟ ਪੰਜਾਬ ਦੀ ਕਿਸਾਨੀ ਨੇ ਆਉਣਾ ਸੀ ਤੇ ਪੰਜਾਬ ਦੀ ਧਰਤੀ ਬੰਜਰ ਹੋ ਜਾਣੀ ਸੀ ਪਰ ਝੰਝਾਰੂ ਬਬਰਮ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਜਨਜੀਤ ਸਿੰਘ ਜੱਨਾ ਨੇ ਇਸ ਨਿਰਮਾਣ ਦੀ ਉਸਾਰੀ ਕਰ ਰਹੇ ਇੰਜੀਨੀਅਰਾਂ ਦੀ ਸੁਧਾਈ ਕਰਕੇ ਇਹ ਕੰਮ ਉੱਥੇ ਹੀ ਰੁਕਵਾ ਦਿੱਤਾ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਅੱਜ ਵੀ ਇਸ ਮੁੱਦੇ ਤੇ ਸਿਆਸਤ ਖੇਡ ਰਹੀਆਂ ਨੇ ਬੱਬਰ ਖਾਲਸਾ ਮਾਲਵਾ ਜੂਨ ਦੇ ਦੋ ਚੋਟੀ ਦੇ ਏਰੀਆ ਕਮਾਂਡਰ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਸ ਦਾ ਇੱਕ ਹੋਰ ਸਾਥੀ ਭਾਈ ਚਰਨਜੀਤ ਸਿੰਘ ਚੰਨਾ ਅੱਜ ਦੇ ਦਿਨ ਭਾਵ 4 ਸਤੰਬਰ ਨੂੰ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੈਦਪੁਰ ਖੇੜੀ ਵਿਖੇ ਸ਼ਹੀਦ ਹੋ ਗਏ 29 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਖੇ ਐਸ ਐਸ ਪੀ ਸੀ ਡੀ ਸੁਮੇਦ ਸੈਣੀ ਨੂੰ ਨਿਸ਼ਾਨਾ ਬਣਾ ਇੱਕ ਬੰਬ ਧਮਾਕਾ ਕੀਤਾ ਗਿਆ ਇਸ ਧਮਾਕੇ ਵਿੱਚ ਸੁਮੇਦ ਸੈਣੀ ਸਮੇਤ ਸਖਤ ਜ਼ਖਮੀ ਹੋ ਗਿਆ ਸੀ ਤੇ ਚਾਰ ਜਵਾਨ ਮਾਰੇ ਗਏ ਸਨ ਜਦੋਂ ਕਿ 20 ਹੋਰ ਵਿਅਕਤੀ ਜ਼ਖਮੀ ਹੋ ਗਏ ਸਨ ਇਸ ਹਮਲੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਚੰਡੀਗੜ੍ਹ ਵਿੱਚ ਵਾਪਰੇ ਇਸ ਕਾਂਡ ਤੋਂ ਥੋੜੇ ਦਿਨ ਬਾਅਦ ਹੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਜਟਾਣਾ ਵਿਖੇ ਸਰਕਾਰੀ ਸ਼ਹਿ ਪ੍ਰਾਪਤ ਲੜੇਰੇ ਅਜੀਤ ਸਿੰਘ ਪੂਲੇ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਪੰਜ ਮੈਂਬਰ ਮੌਤ ਦੇ ਘਾਟ ਉਤਾਰ ਦਿੱਤੇ ਸਨ ਤੇ ਉਹਨਾਂ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ ਇਸ ਘਟਨਾ ਨੂੰ ਐਸਐਸਪੀ ਸੈਣੀ ਤੇ ਹੋਏ ਹਮਲੇ ਦੇ ਨਾਲ ਜੋੜ ਕੇ ਦੇਖਿਆ ਗਿਆ ਪੰਜਾਬ ਪੁਲਿਸ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਉੱਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਅੱਗੇ ਵਧਦੇ ਹਾਂ 4 ਸਤੰਬਰ 1991 ਵਾਲੇ ਦਿਨ ਪਿੰਡਰਾਵਾਲਾ ਟਾਈਗਰ ਫੋਰਸ ਦੇ ਲੈਫਟੀਨੈਂਟ ਜਰਨਲ ਭਾਈ ਸੁਤਨਾਮ ਸਿੰਘ ਪਿੰਡ ਚੂਸਲੇਵੜ ਨੂੰ ਸ਼ਹੀਦ ਕਰ ਦਿੱਤਾ ਗਿਆ 4 ਸਤੰਬਰ 1991 ਵਾਲੇ ਦਿਨ ਪਿੰਡਰਾਵਾਲਾ ਟਾਈਗਰ ਫੋਰਸ ਦਾ ਲੈਫਟੀਨੈਂਟ ਜਰਨਲ ਭਾਈ ਸੁਤਨਾਮ ਸਿੰਘ ਸੱਤਾ ਉਰਫ ਚੂਸਲੇਵੜ ਭਾਰਤ ਦੇ ਨੀਮ ਫੌਜੀ ਦਸਤਿਆਂ ਦੇ ਨਾਲ ਹੋਏ ਮੁਕਾਬਲੇ ਵਿੱਚ ਆਪਣੇ ਤਿੰਨ ਸਾਥੀਆਂ ਸਮੇਤ ਸ਼ਹਾਦਤ ਪਾ ਗਿਆ ਕਈ ਘੰਟੇ ਤੱਕ ਲਗਾਤਾਰ ਪੁਲਿਸ ਤੇ ਸੁਰੱਖਿਆ ਦਸਤਿਆਂ ਨੇ ਘੇਰਾ ਬੰਦੀ ਕਰੀ ਰੱਖੀ ਭਾਈ ਸੁਤਨਾਮ ਸਿੰਘ ਸੱਤਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਪੁਲਿਸ ਨਾਲ ਇਹ ਮੁਕਾਬਲਾ ਲਗਾਤਾਰ ਕਈ ਘੰਟੇ ਤੱਕ ਚੱਲਦਾ ਰਿਹਾ ਅਖੀਰ ਭਾਈ ਸੁਤਨਾਮ ਸਿੰਘ ਸ਼ਹੀਦ ਹੋ ਗਿਆ ਇਹ ਮੁਕਾਬਲਾ ਤਰਨਤਾਰਨ ਪੁਲਿਸ ਜ਼ਿਲ੍ਹੇ ਦੇ ਪੱਟੀ ਖੇਤਰ ਦੇ ਪਿੰਡ ਰਾਜਪੂਤਾ ਵਿੱਚ ਹੋਇਆ ਪੁਲਿਸ ਨੇ ਭਾਈ ਸੁਤਨਾਮ ਸਿੰਘ ਸੱਤਾ ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਭਾਈ ਸਤਨਾਮ ਸਿੰਘ ਸਖਤਾ ਪਿੰਡਰਾਵਾਲਾ ਟਾਈਗਰਸ ਫੋਰਸ ਦੇ ਮੁਖੀ ਭਾਈ ਰਿਸ਼ਪਾਲ ਸਿੰਘ ਚੰਦੜਾ ਦੇ ਨਜ਼ਦੀਕੀ ਸਾਥੀ ਸਾਨਮ ਅੱਗੇ ਜ਼ਿਕਰ ਹੈ 4 ਸਤੰਬਰ 2019 ਵਾਲੀ ਰਾਤ ਪਿੰਡ ਪੰਡੋਰੀ ਗੋਲਾ ਵਿਖੇ ਰਾਤ ਦੇ 8 ਵਜੇ ਉਸ ਵਕਤ ਇੱਕ ਭਾਰੀ ਬੰਬ ਧਮਾਕਾ ਹੋਇਆ ਜਦੋਂ ਬਸ਼ੀਰੇ ਪਿੰਡ ਦਾ ਰਹਿਣ ਵਾਲਾ ਭਾਈ ਗੁਰਜੰਟ ਸਿੰਘ ਆਪਣੇ ਸਾਥੀਆਂ ਦੇ ਨਾਲ ਪਿੰਡ ਪੰਡੋਰਾ ਦੇ ਇੱਕ ਖਾਲੀ ਪਲਾਟ ਵਿੱਚ ਦਬਾ ਕੇ ਰੱਖੀ ਗਈ ਧਮਾਕਾ ਖੇਹ ਸਮਗਰੀ ਨੂੰ ਕੱਢ ਰਿਹਾ ਸੀ ਦਰਅਸਲ ਭਾਈ ਬਸ਼ੀਰੇ ਪਿੰਡ ਦਾ ਰਹਿਣ ਵਾਲਾ ਭਾਈ ਗੁਰਜੰਟ ਸਿੰਘ ਆਪਣੇ ਸਾਥੀਆਂ ਦੇ ਨਾਲ ਪਿੰਡ ਪੰਡਾਰਾ ਦੇ ਇੱਕ ਖਾਲੀ ਪਲਾਟ ਵਿੱਚ ਦਬਾ ਕੇ ਰੱਖੀ ਗਈ ਤਮਾਕਾ ਖੇਸ ਸਮਗਰੀ ਨੂੰ ਕੱਢ ਰਿਹਾ ਸੀ ਤਮਾਕਾ ਖੇਸ ਸਮਗਰੀ ਨੂੰ ਕੱਢਦੇ ਵਕਤ ਇੱਕਦਮ ਤਮਾਕਾ ਹੋ ਗਿਆ ਭਾਈ ਗੁਰਜੰਟ ਸਿੰਘ ਦੇ ਦੋ ਨੇੜਲੇ ਸਾਥੀ ਭਾਈ ਵਿਕਰਮ ਸਿੰਘ ਤੇ ਭਾਈ ਹਰਬ੍ਰੀ ਸਿੰਘ ਮੌਕੇ ਤੇ ਹੀ ਸ਼ਹਾਦਤ ਪਾ ਗਏ ਪਰ ਭਾਈ ਗੁਰਜੰਟ ਸਿੰਘ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ। ਆਪ ਨੂੰ ਲਾਗਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੇ ਦੌਰਾਨ ਉਹ ਪੁਲਿਸ ਪੈਰੇ ਹੀਟ ਰਿਹਾ ਤੇ ਠੀਕ ਹੁੰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ। ਇਹ 5 ਅਕਤੂਬਰ 2019 ਵਾਲੇ ਦਿਨ ਤਰਨਤਾਰਨ ਵਿਖੇ ਹੋਏ ਇੱਕ ਧਮਾਕੇ ਦੇ ਸਿਲਸਲੇ ਵਿੱਚ NIA ਨੇ ਮਾਸਟਰਮਾਈਂਡ ਤੇ ਮੁੱਖ ਮੋਲਜ਼ਮ ਦੇ ਤੌਰ ਤੇ ਭਾਈ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਆਪ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਆਪ ਨੂੰ 11 ਅਕਤੂਬਰ 2019 ਤੱਕ ਐਨਆਈਏ ਦੀ ਰਿਮਾਰਡ ਤੇ ਭੇਜ ਦਿੱਤਾ ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਸੱਤ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ ਜਿਨ੍ਹਾਂ ਵਿੱਚ ਤਰਨਤਾਰਨ ਦੇ ਭਾਈ ਮਨਦੀਪ ਸਿੰਘ ਭਾਈ ਅਮਰਜਿੰਦ ਭਾਈ ਹਰਜੀਤ ਸਿੰਘ ਭਾਈ ਮਨਪ੍ਰੀਤ ਸਿੰਘ ਬਟਾਲਾ ਦੇ ਚੰਦਦੀਪ ਸਿੰਘ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭਾਈ ਮਲਕੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਸ਼ਾਮਲ ਸਨ ਇਹਨਾਂ ਸਾਰਿਆਂ ਨੂੰ ਮੁਹਾਲੀ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਭਾਈ ਅਮਰਿਤ ਸਿੰਘ ਤੇ ਭਾਈ ਹਰਜੀਤ ਸਿੰਘ ਦੀ ਕਸਟਡੀ ਵੀ 11 ਅਕਤੂਬਰ ਤੱਕ ਮਨਜ਼ੂਰ ਕਰ ਦਿੱਤੀ ਸੀ NIA ਦੀ ਜਾਂਚ ਕસ્ટਡੀ ਵਿੱਚ ਇਸ ਗੱਲ ਦੀ ਜਾਂਚ ਕੀਤੀ ਗਈ ਕਿ ਕੀਤੇ ਕੋਈ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਸੀ ਪਰ ਪੁਲਿਸ ਸਿੰਘਾਂ پاسੋਂ ਕੁਝ ਵੀ ਨਾ ਕਢਵਾ ਸਕੀ ਇਸ ਜਾਂਚ ਵਿੱਚ ਪਾਈ ਵਿਕਰਮਜੀਤ ਸਿੰਘ ਦੀ ਭੂਮਿਕਾ ਬਾਬਤ ਖੁਲਾਸਾ ਹੋਇਆ ਸੀ ਪਰ ਉਹ ਸਾਲ 2018 ਵਿੱਚ ਭਾਰਤ ਛੱਡ ਕੇ ਜਾ ਚੁੱਕਾ ਸੀ ਸਾਲ 1911 ਪੰਜਾਬੀ ਜਵਾਨ ਦੇ ਮਸ਼ਹੂਰ ਸ਼ਾਇਰ ਤੇ ਰਸਵਾਦੀ 우ਸਤਾਦ ਦਮਨ ਦਾ ਜਨਮ ਹੋਇਆ ਹੁਣ ਜਾਣਦੇ ਆ ਭਾਰਤ ਬਾਰੇ ਸਾਲ 1825 ਭਾਰਤੀ ਰਾਸ਼ਵੀ ਕਾਂਗਰਸ ਦੇ ਗਠਨ ਦੇ ਪ੍ਰਮੁੱਖ ਮੈਂਬਰਾਂ ਦਾਦਾ ਭਾਈ ਨੌਰਜੀ ਦਾ ਜਨਮ ਹੋਇਆ ਸਾਲ 1913 ਆਜ਼ਾਦ ਭਾਰਤ ਦੇ ਰਾਨੀਤੀਕਾਰ ਪੀ ਐਨ ਹਕਸਰ ਦਾ ਜਨਮ ਹੋਇਆ ਅੱਗੇ ਵਧਦੇ ਹਾਂ 1952 ਵੱਲ ਬਾਲੀਵੁੱਡ ਦੇ ਅਭਿਨੇਤਾ, ਨਿਰਮਾਤਾ ਤੇ ਡਾਇਰੈਕਟਰ ਰਿਸ਼ੀ ਕਪੂਰ ਦਾ ਜਨਮ ਹੋਇਆ। ਸਾਲ 1997 ਆਧੁਨਿਕ ਹਿੰਦੀ ਸਾਹਿਤ ਦੇ ਲੇਖਕ, ਕਵੀ, ਨਾਟਕਕਾਰ ਤੇ ਸਮਾਜਿਕ ਵਿਚਾਰਕ ਧਰਮਵੀਰ ਭਾਰਤੀ ਦਾ ਦਿਹਾਂਤ ਹੋਇਆ। ਇੱਕ ਝਾਤ ਕੈਨੇਡਾ ਤੇ ਫਾਈਨ ਆਰਟਿਸਟ ਦੇ ਮਾਂਟਰੀਅਲ ਮਿਊਜ਼ੀਅਮ ਤੋਂ 2 ਮਿਲੀਅਨ ਡਾਲਰ ਦੀਆਂ ਪੇਂਟਿੰਗਾਂ ਤੇ ਹੋਰ ਕਲਾ ਵਸਤੂਆਂ ਨੂੰ ਲੁੱਟ ਲਿਆ ਗਿਆ। ਸਵੇਰ ਦੇ ਸਮੇਂ ਹਥਿਆਰਬੰਦ ਚੋਰ ਗੈਣਿਆਂ ਤੇ 18 ਪੇਂਟਿੰਗਾਂ ਦੇ ਢੇਰ ਨਾਲ ਬੰਦ ਹੋਣ ਤੋਂ ਪਹਿਲਾਂ ਇੱਕ ਸਕਾਈਲਾਈਟ ਬੰਨਣ ਤੇ ਗਗਿੰਗ ਗਾਰਡ ਰਾਹੀਂ ਅਜਾਇਬ ਘਰ ਵਿੱਚ ਦਾਖਲ ਹੋਏ ਚੋਰੀ ਹੋਈਆਂ ਕਲਾਕ੍ਰਿਤੀਆਂ ਵਿੱਚ ਫ੍ਰੈਂਚ ਰੋਮਾਂਟਿਕ ਜੋਜੀਨ ਡੈਲਾਕਰੋਇਕਸ ਤੇ ਅੰਗਰੇਜ਼ੀ ਲੈਂਡਸਕੇਪ ਕਲਾਕਾਰ ਥਾਮਸ ਗੈਨਸ ਅਬਰੋ ਦੇ ਟੁਕੜੇ ਤੇ ਨਾਲ ਹੀ ਲੈਂਡਸਕੇਪ ਵਿਦ ਕੋਟੇਜ ਰੇਮਪ੍ਰਾਰਟ ਦੁਆਰਾ ਉਸ ਸਮੇਂ ਅੰਦਾਜ਼ਨ 1 ਮਿਲੀਅਨ ਦੀ ਕੀਮਤ ਦੇ ਕੰਮ ਸ਼ਾਮਲ ਸਨ ਜਰਮ ਦਾ ਅਜੇ ਹੱਲ ਹੋਣਾ ਬਾਕੀ ਹੈ ਇੱਕ ਕੈਨੇਡੀਅਨ ਇਤਿਹਾਸ ਵਿੱਚ ਕਲਾ ਦੀ ਚੋਰੀ ਹੈ ਇਕ ਬਾਂਸ਼ੀ ਚਾਤ ਵਿਸ਼ਵ ਤੇ ਸਾਲ 1972 올림픽 ਖੇਡਾਂ ਚ ਅਮਰੀਕਾ ਦਾ ਤੈਰਾਕ ਮਾਰਕਸ ਸਪੀਟਲ 7 ਤਗਮੇ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ ਸਾਲ 1998 ਅਮਰੀਕਾ ਦੇ ਲੈਰੀ ਪੇਜ ਤੇ ਸਰਗੇ ਬ੍ਰਿੰ ਨੇ ਗੂਗਲ ਦੀ ਸਥਾਪਨਾ ਕੀਤੀ ਸਾਲ 1063 ਸਲਜੋਕ ਸਲਤਨਤ ਦਾ ਪਹਿਲਾ ਸਲਜੂਕ ਸੁਲਤਾਨ ਤੁਗਰਲ ਬੇਗ ਦਾ ਦਿਹਾਂਤ ਹੋਇਆ ਸਾਲ 1970 ਅੰਤਰਰਾਸ਼ਟਰੀ ਪ੍ਰਭਾਵਸ਼ਾਲੀ ਆਰਥਿਕ ਚਿੰਤਕ ਈਐਫ ਸੁਮੈਕਰ ਦਾ ਦਿਹਾੜਾ ਹੋਇਆ ਅੱਗੇ ਜ਼ਿਕਰ ਹੈ 1980 ਦਾ ਜਰਮਨ ਅਮਰੀਕੀ ਦਾਰਸ਼ਨਿਕ ਅਨੁਵਾਦਕ ਤੇ ਕਵੀ ਵਾਲਟਰ ਕੋਮੈਨ ਦਾ ਦਿਹਾੜਾ ਹੋਇਆ ਸੋ ਇਹ ਸਨ ਅੱਜ 4 ਸਤੰਬਰ ਨਾਲ ਸੰਬੰਧਿਤ ਪੰਜਾਬ ਸਿੱਖ ਤਾਰੀਖ ਤੇ ਦੇਸ਼ ਦੁਨੀਆ ਨਾਲ ਜੁੜੀਆਂ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ ਮਿਲਦੇ ਆ 5 ਸਤੰਬਰ ਦੇ ਇਤਿਹਾਸ ਨਾਲ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ